रूप साडा भी बना दिओ ते रोटे मोटे सिर साडे धड़ां उत्तों मुगलां दे असी हुण बणांगे जवातरे ਜਵਾਤਰਾ ਜਵਾਈ ਨੂੰ ਆਉਂਦੇ ਆ ਮੁਗਲਾਂ ਦੇ ਅਸੀਂ ਪਾਤਸ਼ਾਹ ਹੁਣ ਬਣਾਂਗੇ ਜਵਾਤਰੇ ਲਾ ਦਿਓ ਜਨੇਊ ਅਤੇ ਪਾ ਦਿਓ ਸਾਡੇ ਹਾਂ ਗਾਤਰੇ ਬੋਲੇ ਗੁਰੂ ਦੇਵ ਤੁਸੀਂ ਠੀਕ ਸਾਰਾ ਕਹਿੰਦੇ ਹੋ ਸਾਰਾ ਹੀ ਮੈਨੂੰ ਪਤਾ ਤੁਸੀਂ ਕਾਲੇ ਕਾਨੂੰ ਪੈਂਦੇ ਹੋ ਇਹ ਜੋ ਕਿਰਪਾਨ ਹੈ ਤੇ ਭਗਉਤੀ ਜਿਹਨੂੰ ਜਾਤਾ ਏ ਇਹੋ ਸਾਡੀ ਦੇਵੀ ਏ ਤੇ ਇਹੋ ਸਾਡੀ ਮਾਤਾ ਏ ਇਹੋ ਸਾਡੀ ਦੇਵੀ ਏ ਤੇ ਇਹੋ ਸਾਡੀ ਮਾਤਾ ਏ ਇਹਦੇ ਨਾਲ ਇੱਕ ਮੈਂ ਪੰਥ ਖਾਲਸਾ ਸਜਾਵਾਂਗਾ ਕੀ ਕਰੂੰਗਾ ਇਸ ਕਿਰਪਾਨ ਦੇ ਨਾਲ ਇਹਦੇ ਨਾਲ ਇੱਕ ਮੈਂ ਪੰਥ ਖਾਲਸਾ ਸਜਾਵਾਂਗਾ ਇਹਦੇ ਨਾਲ ਗਿੱਦੜਾ ਤੂੰ ਸ਼ੇਰ ਮੈਂ ਬਣਾਵਾਂਗਾ ਮੇਰਾ ਖਾਲਸਾ ਕਿੱਦਾਂ ਦਾ ਹੋਊਗਾ ਹੋਵੇਗਾ ਅਨੋਖਾ ਵਿੱਚ ਕਿਸੇ ਦੇ ਨਹੀਂ ਰਲੇਗਾ ਉਹ ਜ਼ਾਲਮਾਂ ਦੇ ਸਿਰ ਜਿਹੜਾ ਪੈਰਾਂ ਥੱਲੇ ਮਲੇਗਾ ਤੇ ਹੁਣ ਚੀਕ ਸਿੱਖ ਜਿਹੜਾ ਆ ਜਾਂਦਾ ਨਹੀਂ ਸਿਆਣਿਆ ਲੱਖਾਂ ਵਿੱਚੋਂ ਇੱਕ ਹੁਣ ਜਾਊਗਾ ਪਛਾਣਿਆ ਕੀ ਹੋਊਗਾ ਤੇ ਸਵਾ ਸਵਾ ਲੱਖ ਨਾਲ ਮੈਂ ਇੱਕ ਨੂੰ ਲੜਾਵਾਂਗਾ ਆਪਣਾ ਗੋਬਿੰਦ ਸਿੰਘ ਨਾਮ ਤਾਂ ਕਹਾਵਾਂਗਾ ਤੇ ਸਿੱਖੀ ਦੀਆਂ ਹੋਣਗੀਆਂ ਮੈਂ ਮੰਜ਼ਲਾਂ ਨਿਆਰੀਆਂ ਮੈਂ ਸਿਰ ਦੇਣ ਵਾਲਿਆਂ ਨੂੰ ਦੇਊਂ ਸਿਰ ਆਰੀਆਂ ਕੀ ਕੀਤਾ ਤੋ ਐਸਾ ਫੇਰ ਗੁਰਾਂ ਨੇ ਸਜਾਇਆ ਪੰਥ ਖਾਲਸਾ ਵੱਖਰੇ ਹੀ ਰੂਪ ਵਿੱਚ ਆਇਆ ਪੰਥ ਖਾਲਸਾ ਆਖਰੀ ਲਾਈਨ ਹੈ ਤੇ ਖਾਲਸੇ ਦੀ ਚਮਨ ਜੋ ਅਨਿਆਰੀ ਤਸਵੀਰ ਹੈ ਇਹ ਖੰਡੇ ਤੇ ਵਾਟੇ ਵਾਲੇ ਪਾਣੀ ਦੀ ਤਸਵੀਰ ਹੈ ਪਾਣੀ ਦੀ ਤਸਵੀਰ ਹੈ ਸਤਸੰਗਿਓ ਆਪ ਜੀ ਨੇ ਅਜ਼ੀਜ਼ ਦੇ ਟੁੱਟੇ ਫੁੱਟੇ ਸ਼ਬਦ ਸੁਣੇ ਮਿੰਟ ਰਹਿ ਗਏ ਸਾਰੇ ਦਾਸ ਤੇ ਜੇ ਹੁਕਮ ਹੋਵੇ ਤਾਂ ਮੈਂ ਕਵਿਤਾ ਸੁਣਾ ਦਿੰਦਾ ਨਹੀਂ ਤਾਂ ਤਾਰੀ ਜੀ ਹੋਣਾ ਫਸਲ ਗਈ ਸੁਣ ਲਈ।